ਦੋਸਤੋ ਸਭ ਤੋਂ ਜ਼ਿਆਦਾ ਇਸ ਕੈਮਰਾ ਦਾ ਬੈਨੀਫਿਟ ਇਹ ਆ ਕਿ ਅਗਰ ਤੁਸੀਂ ਆਊਟਡੋਰ ਦੇ ਵਿੱਚ ਕਿਸੇ ਕਿਸਮ ਦੀ ਵੀ ਸ਼ੂਟਿੰਗ ਕਰਨਾ ਚਾਹੁੰਦੇ ਆ ਜਾਂ ਲੌਂਗ ਵੀਡੀਓ ਬਣਾਉਣਾ ਚਾਹੁੰਦੇ ਆ ਤੇ ਇਹਦੇ ਨਾਲ ਕਿਸੇ ਕਿਸਮ ਦਾ ਮਸਲਾ ਨਹੀਂ ਬਣਨ ਵਾਲਾ ਲਾਈਫਟਾਈਮ ਦੇ ਵਿੱਚ ਚੱਲਣ ਵਾਲਾ ਕੈਮਰਾ ਵਾ ਔਰ ਵੀਡੀਓ ਦੇ ਐਂਡ ਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਦੱਸਾਂਗਾ ਕਿ ਇਹਦੇ ਨਵੇਂ ਦੀ ਪ੍ਰਾਈਸ ਕੀ ਆ ਜਦੋਂ ਇਹ ਨਵਾਂ ਆ ਰਿਹਾ ਸੀਗਾ ਹੁਣ ਇਹ ਬ੍ਰਾਂਡਰ ਦੇ ਵਿੱਚ ਅਗਰ ਤੁਸੀਂ ਲੈਣਾ ਚਾਹੁੰਦੇ ਆ ਤੇ ਕਾਫੀ ਜ਼ਿਆਦਾ ਲੋ ਬਜਟ ਦੇ ਵਿੱਚ ਤੁਹਾਨੂੰ ਕੈਮਰਾ ਮਿਲਣ ਵਾਲਾ ਹੌਬੀ ਬਲਾਹਮ ਨੇ ਸ਼ੈਤਾਨਾ ਜੀ ਬਿਸਮਿਲ੍ਲਾਹਿ ਰਹਿਮਾਨ ਰਹਿਮ ਅਲੈਕਮ ਸਲਾਮ ਅਲੈਕਮ ਦੋ ਟਿਕਟੌਕ ਇੰਸਟਾਗ੍ਰam ਜਾਂ ਸੋਸ਼ਲ ਦੇ ਉੱਪਰ ਕਿਸੇ ਕਿਸਮ ਦੀ ਵੀ YouTube Facebook ਦੇ ਉੱਪਰ ਵੀਡੀਓ ਅਪਲੋਡ ਕਰਦੇ ਆ ਤਾਂ ਉਹਨਾਂ ਨੂੰ ਅੱਛੇ ਕੈਮਰੇ ਦੀ ਔਰ ਅੱਛੇ ਰਿਜ਼ਲਟ ਦੀ ਜ਼ਰੂਰਤ ਹੁੰਦੀ ਹੈ ਦੋਸਤੋ ਬਹੁਤ ਜ਼ਿਆਦਾ ਕਮ ਬਜਟ ਦੇ ਵਿੱਚ ਤੁਹਾਨੂੰ ਕੈਮਰਾ ਮਿਲਣ ਵਾਲਾ ਵਾ ਔਰ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਇਹਦਾ ਰੇਟ ਦੱਸ ਕੇ ਜਾਵਾਂਗੇ ਔਰ ਦੱਸਾਂਗੇ ਕਿ ਇਸ ਕੈਮਰੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਮੁਕੰਮਲ ਪੈਕੇਜ ਕਿੰਨੇ ਦਾ ਵਾ ਔਰ ਇਹ ਕੈਮਰੇ ਨੂੰ ਇਸਤੇਮਾਲ ਕਰਨ ਦਾ ਤਰੀਕਾ ਕਰ ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਬੇਸਿਕਲੀ ਇਹ ਮੇਡ ਇਨ ਜਾਪਾਨ ਦਾ ਕੈਮਰਾ ਜਿੱਦਾਂ ਕਿ ਤੁਸੀਂ ਜ਼ੂਮ ਕਰਕੇ ਇਹ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਆ ਮੇਡ ਇਨ ਜਾਪਾਨ ਦਾ ਕੈਮਰਾ ਪੈਨਾਸੋਨਿਕ ਦੇ ਅੰਦਰ ਰਿਜਨਲ ਜਾਪਾਨੀ ਕੈਮਰਾ ਵਾ ਔਰ ਇਹਦੀ ਸਪੈਸੀਫਿਕ ਜਦੋਂ ਬਾਰੇ ਚ ਗੱਲ ਕਰ ਲੈਨੇ ਆ ਕਿ ਇਹਦੇ ਅੰਦਰ ਸਿੰਗਲ ਮੈਮਰੀ ਕਾਰਡ ਪੈਂਦਾ ਵਾ ਔਰ ਆਉਟਪੁੱਟ ਦੇ ਵਿੱਚ ਐਚ ਡੀ ਐਮ ਆਈ ਵੀ ਨਿਕਲਦੀ ਆ ਔਰ ਯੂ ਐਸ ਪੀ ਪੋਰਟ ਦੇ ਨਾਲ ਵੀ ਇਹ سپورਟ ਕੰਪਿਊਟਰ ਦੇ ਨਾਲ ਹੋ ਜਾਂਦਾ ਦੋਸਤੋ ਮੈਮਰੀ ਕਾਰਡ ਇਸ ਜਗ੍ਹਾ ਦੇ ਉੱਪਰ ਇਹਦੇ ਲੱਗਦਾ ਵਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਫੁੱਲ ਐਚ ਡੀ ਐਚ ਡੀ ਸੀ ਐਮ ਡੀ ਐਚ 1 ਮਾਡਲ ਦੇ ਵਿੱਚ ਪੈਨਾਸੋਨਿਕ ਮੇਡ ਇਨ ਜਪਾਨ ਦੇ ਵਿੱਚ ਕੈਮਰਾ ਤੁਹਾਨੂੰ ਮਿਲਣ ਵਾਲਾ ਵਾ ਔਰ ਵੀਡੀਓ ਦੇ ਐਂਡ ਦੇ ਵਿੱਚ ਇਨਸ਼ਾ ਅੱਲਾ ਤੁਹਾਨੂੰ ਦੱਸਾਂਗੇ ਕਿ ਇਹਦੇ ਨਵੇਂ ਦੀ ਪ੍ਰਾਈਸ ਕੀ ਆ ਜਦੋਂ ਇਹ ਨਵਾਂ ਆ ਰਿਹਾ ਸੀਗਾ ਹੁਣ ਇਹ ਬ੍ਰਾਂਡਰ ਦੇ ਵਿੱਚ ਅਗਰ ਤੁਸੀਂ ਲੈਣਾ ਚਾਹੁੰ ਜੀ ਜ਼ਿਆਦਾ ਲੋ ਬਜਟ ਦੇ ਵਿੱਚ ਤੁਹਾਨੂੰ ਕੈਮਰਾ ਮਿਲਣ ਵਾਲਾ ਦੋਸਤੋ ਇਹਦੀ ਟੱਚ ਐਲਸੀਡੀ ਹੁੰਦੀ ਆ ਮੇਡ ਇਨ ਜਪਾਨ ਦੇ ਵਿੱਚ ਜਿੰਨੇ ਵੀ ਕੈਮਰੇ ਪੈਨਾਸੋਨਿਕ ਦੇ ਆ ਰਹੇ ਆ ਉਹ ਦੋਸਤੋ ਐ ਜਗ੍ਹਾ ਦੇ ਦੀ ਬੈਟਰੀ ਲੱਗਦੀ ਹੈ ਔਰ ਇਸ ਕੈਮਰੇ ਨਾਲ ਹੋਰ ਕਿਹੜੀ ਕਿਹੜੀਆਂ ਚੀਜ਼ਾਂ ਆ ਉਹ ਵੀ ਅਸੀਂ ਤੁਹਾਨੂੰ ਦੱਸਦੇ ਆ ਇਹ ਮੇਡ ਇਨ ਜਪਾਨ ਦੇ ਵਿੱਚ ਪੈਨਾਸੋਨਿਕ ਐਚ ਡੀ ਐਮ 1 ਕੈਮਰਾ ਇਹਨੂੰ ਕਿਹਾ ਜਾਂਦਾ ਵਾ ਔਰ ਇਹਦੇ ਨਾਲ ਆ ਤੁਹਾਨੂੰ ਦੱਸਦੇ ਦੇ ਨਾਲ ਕਿਹੜੀ ਕਿਹੜੀਆਂ ਚੀਜ਼ਾਂ ਆ ਦੋਸਤੋ ਇਹਦੇ ਨਾਲ ਇੱਕ origignal ਬੈਟਰੀ ਆ ਬੜਾ ਬੈਂਕਾ ਯਾਨੀ ਕਿ ਤਕਰੀਬਨ 7 ਤੋਂ 8 ਘੰਟੇ ਕੱਢਣ ਵਾਲੀ ਇਹ ਬੈਟਰੀ ਆ ਔਰ ਦੋਸਤੋ ਇਸ ਦੇ ਇਹ ਚਾਰਜਿੰਗ ਦੇ ਨਾਲ-ਨਾਲ ਤੁਸੀਂ ਇਹਨੂੰ ਡਾਇਰੈਕਟ ਵੀ ਐਸ ਜਗ੍ਹਾ ਤੋਂ ਇਸਤੇਮਾਲ ਕਰ ਸਕਦੇ ਆ। ਦੋਸਤੋ ਇਸ ਨੂੰ ਡਾਇਰੈਕਟ ਨੂੰ ਇਸਤੇਮਾਲ ਕਰਨ ਵਾਸਤੇ ਐਕ ਲੀਡ ਦਾ ਇਸਤੇਮਾਲ ਕਰ ਸਕਦੇ ਆ ਅਗਰ ਬੈਟਰੀ ਤੁਹਾਡੀ ਬਿਲਕੁਲ ਖਤਮ ਹੋ ਜਾਂਦੀ ਹੈ ਰਿਕਾਰਡਿੰਗ ਦੇ ਦੌਰਾਨ। ਦੋਸਤੋ ਤੁਸੀਂ ਐਸ ਲੀਡ ਦਾ ਇਸਤੇਮਾਲ ਕਰਦੇ ਹੋਇਆ ਐਸ ਕੈਮਰੇ ਨੂੰ 12 ਘੰਟੇ ਤੱਕ ਤੁਸੀਂ ਪ੍ਰਾਪਰ ਚਲਾ ਸਕਦੇ ਆ। ਦੋਸਤੋ ਇਸ ਦੇ ਨਾਲ-ਨਾਲ ਅਸੀਂ ਤੁਹਾਨੂੰ ਇਸੇ ਪੈਕੇਜ ਦੇ ਵਿੱਚ ਇੱਕ ਰਾਡ ਵੀ ਦੇ ਰਹੇ ਆ। ਇਹ ਤਕਰੀਬਨ ਇਹਦੇ ਅੰਦਰ 500 ਵਾਟ ਦਾ ਰਾਡ ਆ ਔਰ ਰਾਡ ਸਟੈਂਡ ਆ। ਔਰ ਦੋਸਤੋ ਇਸ ਦੇ ਨਾਲ-ਨਾਲ ਅਸੀਂ ਤੁਹਾਨੂੰ ਐਵੀ ਦਿਖਾ ਦਿੰਦੇ ਆ ਕਿ ਇਸੇ ਪੈਕੇਜ ਬਣਾਉਣ ਵਾਸਤੇ ਦੋਸਤੋ ਇਹ ਸਟੈਂਡ ਆ ਯਾਨੀ ਕਿ ਆਮ ਜਿਹੜਾ ਇਹਨਾਂ ਕੈਮਰਿਆਂ ਦੇ ਨਾਲ ਸਟੈਂਡ ਇਸਤੇਮਾਲ ਹੁੰਦਾ ਵਾ ਇਹ ਸਟੈਂਡ ਆ ਇਹ ਹੈ ਤਾਂ ਥੋੜਾ ਇਸਤੇਮਾਲ ਹੋਇਆ ਹੋਇਆ ਲੇਕਿਨ ਇਨਸ਼ਾਅੱਲਾ ਤੁਹਾਨੂੰ ਇਹਦੇ ਨਾਲ ਹੀ ਦਿੱਤਾ ਜਾਊਗਾ ਔਰ ਕਾਫੀ ਜ਼ਿਆਦਾ ਲੋ ਬਜਟ ਦੇ ਵਿੱਚ ਤੁਹਾਨੂੰ ਮੁਕੰਮਲ ਪੈਕੇਜ ਮਿਲਣ ਵਾਲਾ ਔਰ ਦੋਸਤੋ ਇਸ ਦੇ ਨਾਲ ਨਾਲ ਅਸੀਂ ਜਿਹੜੀ ਇੱਕ ਚੀਜ਼ ਹੋਰ ਦੇ ਰਹੇ ਹਾਂ ਦੋਸਤਾਂ ਨੂੰ ਯਾਨੀ ਕਿ ਕੋਈ ਚੀਜ਼ ਕਿਸੇ ਵੀ ਕੈਮਰੇ ਨਾਲ ਨਹੀਂ ਹੁੰਦੀ ਇਹ ਅਸੀਂ ਤੁਹਾਨੂੰ ਪੈਣਾ ਸੋਨਕ ਦਾ ਜਿਹੜਾ origignal ਬੈਗ ਆ ਉਹ ਵੀ ਤੁਹਾਨੂੰ ਦਵਾਂਗੇ ਦੋਸਤੋ ਇਹਦੇ ਨਾਲ ਮੈਮਰੀ ਕਾਰਡ ਵੀ ਹੈਗਾ 32 GB ਦਾ ਇਹਦੇ ਨਾਲ ਮੈਮਰੀ ਕਾਰਡ ਵੀ ਜਿਹੜਾ ਕਿ ਅਸੀਂ ਇਹਦੇ ਨਾਲ ਹੀ ਦਵਾਂਗੇ ਇਹ ਮੁਕੰਮਲ ਪੈਕੇਜ ਆ ਮੁਕੰਮਲ ਗੱਲ ਕਰ ਲੈਨੇ ਆ ਕਿ ਇਹ ਚੀਜ਼ਾਂ ਕੱਲੀ-ਕੱਲੀ ਪਰਚੇਜ਼ ਕਰਦੇ ਹੋਏ ਅਸੀਂ ਇਸ ਕੈਮ ਕੈਮਰੇ ਨੂੰ ਪਰਚੇਜ਼ ਕਰਦੇ ਆ ਤੇ तकरीबन 50 ਤੋਂ 60 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਇਹ ਕੈਮਰਾ ਮਿਲਣ ਵਾਲਾ। ਦੋਸਤੋ ਅਸੀਂ ਤੁਹਾਨੂੰ ਦੋਸਤਾਂ ਵਾਸਤੇ ਮੁਕੰਮਲ ਇਹ ਪੈਕੇਜ 40 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਦੇਵਾਂਗੇ ਇਨਸ਼ਾਅੱਲਾ ਸਕਰੀਨ ਤੇ ਨੰਬਰ ਆ ਰਿਹਾ ਹੈ ਅਗਰ ਕਿਸੇ ਨੇ ਰਾਬਤਾ ਕਰਨਾ ਤਾਂ ਸਾਡਾ ਰਾਬਤਾ ਕਰਕੇ ਇਹ ਮੁਕੰਮਲ ਪੈਕੇਜ ਖਰੀਦ ਸਕਦਾ ਵਾ। ਨੈਕਸਟ ਇਨਸ਼ਾਅੱਲਾ HDMI 2 ਵੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਔਰ ਉਹ ਵੀ ਬਜਟ ਦੇ ਵਿੱਚ ਇਹ ਕੈਮਰਾ ਹੋਗਾਗਾ ਮੁਕੰਮਲ ਉਹਦੇ ਨਾਲ ਜਿਹੜੀਆਂ ਨੀ ਚੀਜ਼ਾਂ ਹੋਣਗੀਆਂ ਇਨਸ਼ਾਅੱਲਾ ਉਹ ਵੀ ਦੱਸੀਆਂ ਜਾਣਗੀਆਂ। ਉਹਦੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾ? ਦੋਸਤੋ ਲਾਈਫ ਟਾਈਮ ਦੇ ਵਿੱਚ ਚੱਲਣ ਵਾਲਾ ਕੈਮਰਾ ਵਾ ਇਹਦੇ ਮੁਕੰਮਲ ਬਟਨਾਂ ਦੇ ਕੀ ਫੀਚਰ ਆ ਔਰ ਇਹਦਾ ਚਲਾਉਣ ਦਾ ਤਰੀਕਾ ਕਰ ਕੀ ਹੈ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਅਗਰ ਮਜੀਦ ਇਸੇ ਤਰ੍ਹਾਂ ਹੀ ਮੇਰੇ ਚੈਨਲ ਤੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਆ ਬਜਟ ਵਾਲੀਆਂ ਚੀਜ਼ਾਂ ਨੂੰ ਪੈਕੇਜ ਦੇ ਅੰਦਰ ਖਰੀਦਣਾ ਚਾਹੁੰਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਇਨਸ਼ਾਅੱਲਾ ਤੁਹਾਡੇ ਵਾਸਤੇ ਅੱਛੇ ਅੱਛੇ ਪੈਕੇਜ ਮੈਂ ਲੈ ਕੇ ਆਂਦਾ ਰਹੂੰਗਾ ਇਸੇ ਨਾਲ ਹੀ ਅਗਲੀ ਵੀਡੀਓ ਤੱਕ ਸਾਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼